ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਛਵੀ ਹੈ। ਤੁਸ ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 6ਵੀਂ ਕਲਾਸ 'ਚ ਪੜ੍ਹਨਾ। ਤੁਹਾਡੇ ਮਾਂ ਪਿਓ ਦਾ ਕੀ ਨਾਂ? ਮੇਰੀ ਮਾਂ ਦਾ ਨਾਂ ਸ਼੍ਰੀਮਤੀ ਸੀਮਾ ਤੇ ਪਿਓ ਦਾ ਨਾਂ ਰਾਜੇਸ਼ ਹੈ। ਆਪਕੇ ਸਕੂਲ ਮੇਂ ਯੋ ਆਜ਼ਾਦੀ ਕੈਸੇ ਮਨਾਇਆ ਜਾਤਾ ਹੈ? ਹਮ ਝੰਡਾ ਲਗਾਤੇ ਹੈ, ਕੌਮੀ ਤਰਾਨਾ ਗੀਤ ਗਾਤੇ ਹੈ ਔਰ ਲੱਡੂ ਵੀ ਖਾਤੇ ਹੈ। ਆਪਕੇ ਸਕੂਲ ਮੇਂ 21 ਫਰਵਰੀ ਕੋ ਕਿਆ ਮਨਾਇਆ ਜਾਤਾ ਹੈ? ਹਮਾਰੇ ਸਕੂਲ ਮੇਂ 21 ਫਰਵਰੀ ਕੋ ਆਲਮੀ ਯੋਗ ਹੈ ਮਾਦਰੀ ਜ਼ਬਾਨ ਮਨਾਇਆ ਜਾਤਾ ਹੈ। ਤੁਮਰੇ ਨਾਮ ਕਣ? ਮੋਰ ਨਾਮ ਮਹਿਕ। ਤੁਮਰੇ ਕੇਹੂ ਵਿਸ਼ਾ ਬਾਰੇ ਅਧਿਕ ਰੁਚੀ ਅਸੇ? ਮੋਤੇ ਪੁਸਤਕ ਪੜ੍ਹੀ ਬਾਕੂ ਭਲ ਲਾਗੇ। ਤੁਹਾਨੂੰ ਨਾਲ ਛਾ ਹੈ? ਮੁਹਿੰਜੋ ਨਾਲ ਮੁਸਕਾਨ ਆਏ। ਤਵਾ ਕੌਣ ਸੀ ਕਕਸ਼ਾ ਮੈਂ ਪੜ੍ਹਦੀ ਹੋਏ? ਮੈਂ 12ਵੀਂ ਕਕਸ਼ਾ ਮੈਂ ਪੜ੍ਹਦੀ ਆਏ। ਤਾਂ ਜੇ ਕਿਹੜੇ ਵਿਸ਼ੇ ਮੈਂ ਵਧੀਕ ਰੁਚੀ ਆਏ? ਮੁਠੇ ਭਾਸ਼ਾ ਪੜ੍ਹਨੂ ਸਾਠੋ ਲੰਗਦੋ ਅਸ ਆਏ। ਤਵਾ ਜੇ ਘਰ ਮੈਂ ਕੌਣ ਖਾਣਾ ਬਣਦੋ ਆਏ? ਆਈ ਬਾਬਾ ਬੋਈ ਖਾਣਾ ਬਣਦੋ ਆਏ। ਮੈਂ ਦੇਵੀ ਮਾਤਾ ਦੇ ਮੰਦਰ ਗਿਆ ਹਾਂ, ਬਾਰਾਦਰੀ ਗਿਆ ਹਾਂ ਅਤੇ ਉੱਥੇ ਸ਼ੀਸ਼ ਮਹਿਲ ਵੀ ਹੈਗਾ। ਹਾਂਜੀ ਸ਼ੀਸ਼ ਮਹਿਲ, ਹਾਂਜੀ ਕਾਫੀ ਪਸੰਦ ਹੈ। इंग्लिश हिंदी थोड़ा पंजाबी आणि थोडी मराठी पण येते। तुम्ही कधी मुंबईला गेला? नाही, पण मला मराठी संस्कृती कशी वाटते?